ਇੱਕ ਟਿੱਪਰ ਦੇ ਵੱਲੋਂ ਬਾਈਕ ਸਵਾਰ ਪਤੀ ਪਤਨੀ ਨੂੰ ਦਰੜਨ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਔਰਤ ਦੀ ਜਾਨ ਚਲੀ ਗਈ ਹੈ ਜਦਕਿ ਪਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ। ਤਾਂ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਸਤਸੰਗ ਭਵਨ ਤੋਂ ਇਹ ਦੋਵੇਂ ਹੀ ਵਾਪਸ ਆ ਰਹੇ ਸੀ, ਪਰ ਰਸਤੇ ਦੇ ਵਿੱਚ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਟਿੱਪਰ ਜੋ ਹੈ ਔਰਤ ਦੇ ਉੱਪਰੋਂ ਹੁੰਦਾ ਹੋਇਆ ਅੱਗੇ ਨਿਕਲ ਜਾਂਦਾ ਹੈ। ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਟਿੱਪਰ ਨੂੰ ਕਿਸੇ ਤਰੀਕੇ ਨਾਲ ਰੁਕਵਾਇਆ ਜਾਂਦਾ ਹੈ, ਪਰ ਟਿੱਪਰ ਦਾ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਜਿਸ ਦੇ ਵਿੱਚ ਔਰਤ ਦੀ ਜਾਨ ਚਲੀ ਗਈ ਹੈ, ਸਤਸੰਗ ਭਵਨ ਤੋਂ ਇਹ ਸਤਸੰਗ ਸੁਣ ਕੇ ਦੋਵੇਂ ਪਤੀ ਪਤਨੀ ਵਾਪਸ ਆ ਰਹੇ ਸੀ। ਦੱਸ ਦਈਏ ਕਿ ਰਾਧਾ ਸਵਾਮੀ ਸਤਸੰਗ ਭਵਨ ਤੋਂ ਇਹ ਦੋਵੇਂ ਜਦੋਂ ਘਰ ਨੂੰ ਵਾਪਸ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ, ਜਿਸ ਦੇ ਵਿੱਚ ਔਰਤ ਦੀ ਦਰਦਨਾਕ ਮੌਤ ਹੋ ਗਈ ਜਦਕਿ ਪਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਦੱਸ ਦਈਏ ਕਿ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਟਿੱਪਰ ਨੂੰ ਪੁਲਿਸ ਦੇ ਵੱਲੋਂ ਜ਼ਬਤ ਕਰ ਲਿਆ ਗਿਆ, ਜਦਕਿ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਬੜੀ ਖੁਸ਼ੀ ਦੇ ਨਾਲ ਦੋਵੇਂ ਪਤੀ ਪਤਨੀ ਘਰ ਤੋਂ ਸਤਸੰਗ ਸੁਣਨ ਦੇ ਲਈ ਨਿਕਲੇ ਸੀ। ਸਤਸੰਗ ਭਵਨ ਪਹੁੰਚਦੇ ਨੇ, ਉੱਥੇ ਸਤਸੰਗ ਸੁਣਿਆ ਜਾਂਦਾ ਹੈ, ਅਤੇ ਜਦੋਂ ਵਾਪਸੀ ਘਰ ਕਰ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ, ਜਿਸ ਦੇ ਵਿੱਚ ਪਤਨੀ ਦੀ ਮੌਤ ਹੋ ਜਾਂਦੀ ਹੈ ਅਤੇ ਪਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਮੇਰਾ ਨਾਮ ਸ਼ਮੀ ਵਿਸ਼ੇਸ਼, ਇੱਥੇ ਮੈਂ ਬਲਾਕ ਦਾ ਪ੍ਰੈਜ਼ੀਡੈਂਟ ਹਾਂ ਭਾਜਪਾ ਦਾ। ਅੱਜ ਬੱਸ ਅਤੇ ਹਾਈਪਰ ਦੇ ਵਿੱਚ ਐਕਸੀਡੈਂਟ ਹੋਇਆ, ਲੇਡੀਜ਼ ਮੌਤ ਹੋਈ ਹੈ, ਇਹਦੇ ਬਾਰੇ ਕੀ ਕਹਿਣਾ ਜੀ? ਇਹ ਬਹੁਤ ਹੀ ਮੰਦਭਾਗੀ ਘਟਨਾ ਆ। ਆਏ ਦਿਨੀ ਸਾਡੇ ਇਲਾਕੇ ਵਿੱਚ ਬਹੁਤ ਹਾਦਸੇ ਹੋ ਰਹੇ ਆ, ਐਕਸੀਡੈਂਟਲੀ ਹਾਦਸੇ, ਚੋਰੀਆਂ ਦੀਆਂ ਘਟਨਾਵਾਂ। ਇਹਦੇ ਵਿੱਚ ਪ੍ਰਸ਼ਾਸਨ ਨੂੰ ਜਾਗਰੂਕ ਹੋ ਕੇ, ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ। ਇਹ ਜੋ ਓਵਰ ਸਪੀਡ ਨਾਲ ਨਸ਼ੇ ਦੇ ਵਿੱਚ ਇਹ ਜੋ ਟਿੱਪਰ ਚਾਲਕ ਟਿੱਪਰ ਚਲਾਉਂਦੇ ਆ, ਉਹਦੇ ਨਾਲ ਇੱਕ ਆਮ ਨਾਗਰਿਕ ਜਿਹੜਾ ਉਹ ਘਰੋਂ ਆ ਕੇ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਿਹਾ। ਇਹਦੇ ਵਿੱਚ ਮੈਂ ਇਹੀ ਮੰਗ ਕਰਦਾ ਕਿ ਜੋ ਇਹ ਮੰਦਭਾਗੀ ਘਟਨਾ ਹੋਈ ਆ, ਇੱਕ ਤਾਂ ਬਹੁਤ ਦੁਖਦ ਘਟਨਾ, ਤੇ ਇਹਦੇ ਖਿਲਾਫ ਨਹੀਂ ਜੇ ਕੋਈ ਐਕਸ਼ਨ ਪ੍ਰਸ਼ਾਸਨ ਵੱਲੋਂ ਲਿਆ ਜਾਏਗਾ ਤਾਂ ਅਸੀਂ ਇੱਕ ਧੋਰ ਵਿਰੋਧ ਸਰਕਾਰ ਦੇ ਵੀ ਤੇ ਪ੍ਰਸ਼ਾਸਨ ਦੇ ਵੀ ਇੱਥੇ ਚੱਕਾ ਜਾਮ ਕਰਾਂਗੇ। ਇਹ ਢਾਡਿਆਂ ਦੇ ਪਤਾ ਲੱਗਾ ਕਿ ਇਹ ਢਾਡਿਆਂ ਦੇ ਆ, ਰਾਧਾ ਸਵਾਮੀ ਸਤਸੰਗ ਘਰ ਤੋਂ ਸਤਸੰਗ ਸੁਣ ਕੇ ਦੋਨੇ ਜੀ ਆ ਰਹੇ ਸੀਗੇ, ਜਿਹਦੇ ਕਰਕੇ ਜੋ ਮੈਨੂੰ ਇੱਥੇ ਪਤਾ ਲੱਗਾ ਲੋਕਾਂ ਤੋਂ ਕਿ ਆ ਕੇ ਉਹਨਾਂ ਨੂੰ ਮਤਲਬ ਕਿ ਪਿੱਛੋਂ ਓਵਰ ਸਪੀਡ ਟਿੱਪਰ ਆਇਆ ਤੇ ਉਹਨਾਂ ਨਾਲ ਟੱਕਰ ਲੱਗ ਕੇ ਉਹ ਲੇਡੀਜ਼ ਦੀ ਤਾਂ ਮੌਕੇ 'ਤੇ ਹੀ ਡੈਥ ਹੋ ਗਈ ਆ, ਤੇ ਜਿਹੜੇ ਉਹਨਾਂ ਦੇ ਹਸਬੈਂਡ ਆ ਜਾਂ ਪਤਾ ਨਹੀਂ ਕੌਣ ਆ ਉਹਨਾਂ ਦੇ ਰਿਲੇਟਿਵ ਸੀਗੇ, ਉਹ ਪ੍ਰਸ਼ਾਸਨ ਨੇ ਹੋਸਪਿਟਲ ਰੈਫਰ ਕੀਤੇ ਆ, ਉਹਦੇ ਬਾਰੇ ਜਾਣਕਾਰੀ ਪ੍ਰਸ਼ਾਸਨ ਦੇ ਸਕਦਾ ਜੀ। ਗੌਰਵ, ਇਹ ਪਿੱਛੋਂ ਬਾਈਕ ਆ ਰਹੀ ਸੀ ਤੇ ਉਧਰੋਂ ਹੀ ਆਇਆ, ਪਿੱਛੋਂ ਟਿੱਪਰ ਆਇਆ, ਟਿੱਪਰ ਥੋੜ੍ਹਾ ਜਿਹਾ ਆਉਂਦਾ ਪਿਆ ਸੀ ਤੇ ਬਾਈਕ ਦੇ ਨਾਲ ਵੀ ਸਾਈਡ ਤੇ ਵੀ ਸਾਈਡ ਲੱਗ ਗਈ ਬਾਂਹ ਤੇ, ਬਾਂਹ ਤੇ ਵੱਜਿਆ ਆ ਕੇ, ਬਾਂਹ ਵੱਜੀ ਤੇ ਨਾਲ ਹੀ ਬਾਈਕ ਚ ਖੋ ਕੇ ਥੱਲੇ ਪੈ ਗਈ, ਤੇ ਬੰਦਾ ਜਿਹੜਾ ਉਰਲੀ ਸਾਈਡ ਡੇ ਗਿਆ, ਜਨਾਨੀ ਪਰਲੀ ਸਾਈਡ ਡੇ ਗਈ, ਟਾਇਰ ਟੱਪ ਕੇ ਤੇ ਜਨਾਨੀ ਮੌਤ ਹੋ ਗਈ। ਮੈਂ ਐਸ ਆਈ ਗੁਰਵਿੰਦਰਜੀਤ ਸਿੰਘ, ਥਾਣਾ ਹਾਜੀਪੁਰ। ਅੱਜ ਇੱਕ ਟੈਲੀਫੋਨ ਥਾਣੇ ਮਸੂਲ ਹੋਇਆ ਵੀ ਬੱਸ ਸਟੈਂਡ ਹਾਜੀਪੁਰ 'ਤੇ ਇੱਕ ਐਕਸੀਡੈਂਟ ਹੋਇਆ, ਜਿਸ 'ਤੇ ਅਸੀਂ ਮੌਕੇ 'ਤੇ ਪਹੁੰਚੇ। ਮੌਕੇ 'ਤੇ ਜਾ ਕੇ ਦੇਖਿਆ ਇੱਕ ਲੇਡੀਜ਼ ਦੀ ਮੌਕੇ ਡੈਥ ਹੋ ਗਈ ਸੀ, ਮੋਟਰਸਾਈਕਲ 'ਤੇ ਵੱਡੇ ਟਿੱਪਰ ਦਾ ਆਪਸ 'ਚ ਐਕਸੀਡੈਂਟ ਹੋਇਆ। ਇਹ ਦੋਵੇਂ ਪਤੀ ਪਤਨੀ ਰਾਧਾ ਸਵਾਮੀ ਸਤਸੰਗ ਬਾਬੇ ਦਾ ਬਿਆਸ ਦਾ ਸਤਸੰਗ ਸੁਣ ਕੇ ਆ ਰਹੇ ਆਪਣੇ ਪਿੰਡ ਢਾਡੇ ਕਟਵਾਲ ਨੂੰ ਜਾ ਰਹੇ ਸੀ। ਬੱਸ ਸਟੈਂਡ ਦੇ ਬਿਲਕੁਲ ਉੱਪਰ ਇਹ ਐਕਸੀਡੈਂਟ ਹੋਇਆ। ਰੇਖਾ ਰਾਣੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਹਦਾ ਪਤੀ ਜਿਹੜਾ ਜਗਮੋਹਨ ਸਿੰਘ, ਉਹਦੇ ਸੱਟਾਂ ਲੱਗੀਆਂ ਨੇ, ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਬਾਕੀ ਅਗਲੇਰੀ ਕਾਰਵਾਈ ਜੋ ਵੀ ਉਹ ਵਾਰਸਾਂ ਦੇ ਆਉਣ 'ਤੇ ਜਿੱਦਾਂ ਮਕੈਨਿਕ ਉਹ ਹੋਏਗੀ।